ਇਹਨਾਂ ਨੂੰ ਸਮਝਾਉਣਾ ਕਿਵੇਂ, ਇਹਨਾਂ ਦੀ ਤਰਬੀਅਤ ਕਿਵੇਂ ਕਰਨੀ ਹੈ? ਵਾਯੂ ਜ਼ਕੀਹਿਮ ਵਾਯੂ ਅਲਿਮੁਹੁਮੁਲ ਕਿਤਾਬ ਵਲ ਹਿਕਮਤ। ਫਰਮਾਇਆ ਕਿਤਾਬੋ ਹਿਕਮਤ ਦੇ ਨਾਲ ਇਹਦੀ ਮਿਸਾਲ ਇੰਜ ਦੇ ਕਰਕੇ ਜਾਵਾਂ, ਇੱਥੋਂ ਗੱਲ ਸ਼ੁਰੂ ਕਰਾਂ। ਅੱਲਾਹੂ ਅਕਬਰ ਅੱਲਾ ਅੱਲਾ। ਹਦੀਸ ਦੀ ਕਿਤਾਬ ਸਹੀ ਇਬਨੇ ਮਾਜਾ ਦੇ ਅੰਦਰ ਰਿਵਾਇਤ ਮੌਜੂਦ ਹੈ ਨਾ, ਮੇਰੇ ਤੇਰੇ ਪੁਰ ਰਹਿਮਤ ਪੈਗੰਬਰ ਅਲੈਹ ਸਲਾਮ। ਤਵੱਜੋ ਤਵੱਜੋ ਮੇਰਾ ਵੀਰ ਸੋਹਣਾ, ਬੜੀ ਮੁਹੱਬਤ ਨਾਲ ਬਾਤ ਸੁਣੋ, ਅੱਲਾ ਅਮਲ ਦੀ ਤੌਫੀਕ ਅਤਾ ਫਰਮਾਏ। ਮੇਰੇ ਆਕਾ ਅਲੈਹ ਸਲਾਤੁ ਵਸਲਾਮ ਇੱਕ ਦਫਾ ਬਾਹਿਰ ਬਾਜ਼ਾਰ ਅੰਦਰ, ਹਜ਼ੂਰ ਬਾਜ਼ਾਰ ਅੰਦਰ ਗਏ ਹੋਏ ਨੇ ਨਾ, ਨਾਲ ਮੇਰੇ ਨਬੀ ਦੇ ਸੰਗੀ ਸਾਥੀ ਪਿਆਰੇ ਅਬੂ ਬਕਰ ਰਜ਼ੀ ਅੱਲਾਹ ਦਾ ਸਦਾਵਾ ਬੁਲੰਦ ਕਰ ਜ਼ਰਾ, ਇੱਕ ਮਰਤਬਾ ਫਿਰ ਕਹਿ ਜ਼ਰਾ, ਰਜ਼ੀ ਅੱਲਾਹ ਤਾਲਾ ਹਜ਼ਰਤ ਅਬੂ ਬਕਰ ਰਜ਼ੀ ਅੱਲਾਹ ਤਾਲਾ ਨਾਲ ਮੌਜੂਦ ਨੇ ਨਾ, ਅੱਲਾਹ ਦੇ ਨਬੀ ਨਾਲ ਜਾ ਰਹੇ ਨੇ ਨਾ। ਸਾਹਮਣੇ ਇੱਕ ਬੰਦਾ ਆ ਜਾਂਦਾ ਏ ਜਿਹੜਾ ਪਿਆਰੇ ਅਬੂ ਬਕਰ ਦੇ ਨਾਲ ਬਦਕਲਾਮੀ ਸ਼ੁਰੂ ਕਰ ਦਿੰਦਾ ਏ, ਲਾਮ ਤਾਮ ਤੇ ਗਾਲੀਆਂ ਦੇਣਾ ਸ਼ੁਰੂ ਕਰ ਦਿੰਦਾ ਏ ਨਾ। ਪਿਆਰੇ ਅਬੂ ਬਕਰ ਖਾਮੋਸ਼ ਰਹਿੰਦੇ ਨੇ ਨਾ, ਕਿਉਂਕਿ ਮੇਰੇ ਹਜ਼ੂਰ ਬੜੇ ਨੇ, ਹਜ਼ੂਰ ਅਬੂ ਬਕਰ ਕੋਲੋਂ ਕਿਧਰੇ ਬੜੇ ਨੇ ਨਾ। ਜਦੋਂ ਬੜਾ ਹੋਵੇ ਤੇ ਬੜੇ ਦਾ ਹੱਕ ਬਣਦਾ ਉਹਦੇ ਸਾਹਮਣੇ ਆਪਣੀ ਜ਼ੁਬਾਨ ਬੰਦ ਰੱਖੀ ਜਾਏ, ਉਹਦੇ ਸਾਹਮਣੇ ਆਪਣਾ ਸਿਰ ਝੁਕਾ ਕੇ ਰੱਖਿਆ ਜਾਏ, ਉਹਦੇ ਸਾਹਮਣੇ ਆਪਣੀ ਆਵਾਜ਼ ਪਸਤ ਰੱਖੀ ਜਾਏ। ਅੱਲਾਹੂ ਅਕਬਰ ਅੱਲਾ ਅੱਲਾ। ਹਜ਼ਰਤ ਅਬੂ ਬਕਰ ਚੁੱਪ ਕਰਕੇ ਖਾਮੋਸ਼ ਖੜੇ ਹੋਏ ਨੇ ਨਾ। ਇਹ ਬੰਦਾ ਅਬੂ ਬਕਰ ਨੂੰ ਐਵੇਂ ਵੱਧ ਵੱਧ ਕੇ ਆਉਂਦਾ ਰਿਹਾ, ਪਿਆਰੇ ਅਬੂ ਬਕਰ ਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਰਹੇ ਨੇ, ਇਹਨੂੰ ਕੁਝ ਨਹੀਂ ਆਖ ਰਹੇ ਨੇ ਨਾ। ਲੇਕਿਨ ਮੈਂ ਕਹਿੰਦਾ ਵੀ ਰਿਹਾ, ਅਮਲ ਦਾ ਰੱਦੇ ਅਮਲ, ਐਕਸ਼ਨ ਦਾ ਰੀਐਕਸ਼ਨ, ਯਾਨੀ ਅਮਲ ਦਾ ਰੱਦੇ ਅਮਲ ਤੇ ਹੋਇਆ ਕਰਦਾ ਗੇ ਨਾ। ਜਦੋਂ ਤੁਸੀਂ ਕਿਸੇ ਨੂੰ ਦਬਾਈ ਜਾਓਗੇ, ਜਦੋਂ ਤੁਸੀਂ ਕਿਸੇ ਨਾਲ ਜ਼ਿਆਦਤੀ ਕੀਤੀ ਜਾਓਗੇ, ਜਵਾਬ ਅੰਦਰੇ ਤੇ ਆਖੇਗਾ ਉਹ ਬਈ ਬੰਦੇ ਦਾ ਪੁੱਤਰ ਬਣ। ਇੱਥੇ ਆਖਿਆ ਜਾਂਦਾ ਏ ਕਿ ਪਿਆਰੇ ਅਬੂ ਬਕਰ ਨੇ ਇਹਨੂੰ ਜਵਾਬ ਦੇਣਾ ਸ਼ੁਰੂ ਕੀਤਾ, ਮਤ ਜ਼ਿਹਨ ਅੰਦਰ ਖਿਆਲ ਰੱਖਿਆ ਜੇ ਕਿ ਪਿਆਰੇ ਅਬੂ ਬਕਰ ਨੇ ਇਸ ਬੰਦੇ ਦੀਆਂ ਗਾਲਾਂ ਦਾ ਜਵਾਬ ਗਾਲਾਂ ਅੰਦਰ ਦਿੱਤਾ ਹੋਏਗਾ। ਨਾ 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 ਨਾ, ਮੈਂ ਅੰਬੀਆ ਦੀ ਜਮਾਤ ਤੋਂ ਬਾਅਦ ਰੂਫੇ ਜ਼ਮੀਨ ਤੇ ਨਜ਼ਰ ਮਾਰਨਾ ਵਾਂ ਤੇ ਮੈਨੂੰ ਪਿਆਰੇ ਅਬੂ ਬਕਰ ਤੋਂ ਵੱਧ ਫਜ਼ੀਲਤ ਵਾਲਾ ਬੰਦਾ ਕੋਈ ਨਹੀਂ ਨਜ਼ਰ ਆਉਂਦਾ। ਅਬੂ ਬਕਰ ਦੀ ਜ਼ੁਬਾਨ ਗਾਲੀਆਂ ਵਾਲੀ ਨਹੀਂ ਹੋ ਸਕਦੀ, ਅਬੂ ਬਕਰ ਦੀ ਜ਼ੁਬਾਨ ਲਾਂਤਾਨ ਕਰਨੇ ਵਾਲੀ ਨਹੀਂ ਹੋ ਸਕਦੀ। ਬਸ ਇੰਨਾ ਹੀ ਆਖਿਆ ਹੋਏਗਾ ਨਾ, ਉਹ ਮੀਆਂ ਬੰਦਾ ਬਣ, ਬੰਦਾ ਬਣ, ਖਿਆਲ ਕਰ ਜ਼ਰਾ। ਯਾਨੀ ਸਿਰਫ ਇਹਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਨਾ। ਅੱਲਾ ਦੇ ਨਬੀ ਪਹਿਲੇ ਅਬੂ ਬਕਰ ਬੰਨੇ ਵੇਖ ਕੇ ਮੁਸਕੁਰਾਉਂਦਿਆਂ ਹੋਇਆ, ਲੇਕਿਨ ਜਦੋਂ ਅਬੂ ਬਕਰ ਜਵਾਬ ਦਿੰਦੇ ਨੇ ਮੇਰੇ ਆਕਾ ਅਬੂ ਬਕਰ ਨੂੰ ਕੰਡ ਕਰਦੇ ਨੇ ਤੇ ਟੁਰ ਜਾਂਦੇ ਨੇ ਨਾ। ਹਜ਼ਰਤ ਅਬੂ ਬਕਰ ਨੇ ਇਸ ਬੰਦੇ ਨੂੰ ਛੋੜਿਆ, ਜਲਦੀ ਨਾਲ ਦੌੜ ਕਰਕੇ ਅੱਗੋਂ ਦੀ ਆਏ ਨੇ। ਅੱਲਾਹੂ ਅਕਬਰ ਅੱਲਾ ਅੱਲਾ। ਉਹ ਮੈਂ ਨਾ, ਹਜ਼ਰਤ ਅਬੂ ਬਕਰ ਨੇ ਸਿਰਫ ਇਸ ਬੰਦੇ ਨੂੰ ਜਵਾਬ ਦਿੱਤਾ ਤੇ ਦਰਬਾਰੇ ਨਬੂਵਤ ਤੋਂ ਇਹਨਾਂ ਨੂੰ ਕੰਡ ਹੋ ਗਈ। ਅਬੂ ਬਕਰ ਰਜ਼ੀ ਅੱਲਾਹ ਤਾਲਾ ਨੇ ਸਿਰਫ ਬੋਲ ਜ਼ਰਾ ਸਿਰਫ ਜਵਾਬ ਦਿੱਤਾ ਤੇ ਨਬੀ ਦੀ ਤਰਫੋਂ ਕੰਡ ਹੋ ਗਈ। ਤੇ ਜੇ ਤੂੰ ਅੱਜ ਮਿੰਬਰੇ ਰਸੂਲ ਦੀ ਤੋਹੀਨੋ ਅਹਾਨਤ ਕਰਦਿਆਂ ਹੋਇਆਂ ਤੂੰ ਇਹਨੂੰ ਟੋਕਿਆਂ ਤੇ ਕੁਹਾੜਿਆਂ ਦਾ ਮੰਬਾ ਤੇ ਮਰਕਜ਼ ਬਣਾ ਲਵੇਂ, ਤੂੰ ਮਿੰਬਰੇ ਰਸੂਲ ਨੂੰ ਗਾਲਮ ਗਲੋਚ ਦਾ ਮਰਕਜ਼ ਬਣਾ ਲਵੇਂ ਤੇ ਕਵੇਂ ਮੈਂ ਦੀਨ ਦੀ ਖਿਦਮਤ ਕਰ ਰਿਹਾ, ਮੈਂ ਦੀਨ ਦਾ ਕੰਮ ਕਰ ਰਿਹਾ, ਮੇਰੇ ਤੋਂ ਬੜਾ ਦੀਨ ਦਾ ਠੇਕੇਦਾਰ ਕੋਈ ਨਹੀਂ। ਨਾ 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 ਨਾ, ਉਹ ਤੂੰ ਮਿੰਬਰੇ ਰਸੂਲ ਤੇ ਗਾਲ ਕੱਢ, ਕਿਆਮਤ ਵਾਲੇ ਦਿਨ ਅੱਲਾ ਦੇ ਨਬੀ ਦੇ ਹੱਥੋਂ ਤੈਨੂੰ ਹੋਦੇ ਕੌਸਰ ਦਾ ਜਾਮ ਨਸੀਬ ਨਹੀਂ ਹੋਏਗਾ। ਜੇ ਅਬੂ ਬਕਰ ਨੂੰ ਕੰਡ ਹੋ ਸਕਦੀ ਹੈ ਤੇ ਮੌਲੀ ਸਾਹਿਬ ਉਹ ਭਵੇਂ ਤੂੰ ਮੇਰੀ ਜਮਾਤ ਦੈਂ ਤੇ ਭਵੇਂ ਔਰ 5000 ਜਮਾਤਾਂ 'ਚੋਂ ਕਿਸੇ ਜਮਾਤ ਦੈਂ, ਮਿੰਬਰੇ ਰਸੂਲ ਨੂੰ ਜਿਹੜਾ ਤੋਹੀਨੋ ਅਹਾਨਤ ਦਾ ਮਰਕਜ਼ ਬਣਾਏਗਾ, ਮੇਰੇ ਆਕਾ ਦੇ ਹੱਥੋਂ ਹੌਜ਼ੇ ਕੌਸਰ ਦਾ ਜਾਮ ਨਸੀਬ ਉਹਨੂੰ ਨਹੀਂ ਹੋਏਗਾ। ਇਸ ਚੀਜ਼ ਨੂੰ ਪਸੰਦ ਨਹੀਂ ਕੀਤਾ ਹਜ਼ਰਤ ਅਬੂ ਬਕਰ ਰਜ਼ੀ ਅੱਲਾ ਬੋਲ ਦਰਾ ਰਜ਼ੀ ਅੱਲਾਹ ਤਾਲਾ। ਹਜ਼ਰਤ ਅਬੂ ਬਕਰ ਸਿੱਦੀਕ ਅੱਗੋਂ ਦੀ ਹੋ ਜਾਂਦੇ ਨੇ, ਕਹਿੰਦੇ ਨੇ ਯਾ ਰਸੂਲ ਅੱਲਾ, ਅੱਲਾ ਦੇ ਰਸੂਲ ਜੀ ਕਿੱਧਰ ਟੁਰ ਪਏ ਹੋ? ਫਰਮਾਇਆ ਅਬੂ ਬਕਰ ਜਿਤਨੀ ਦੇਰ ਤੱਕ ਤੂੰ ਖਾਮੋਸ਼ ਰਿਹਾ ਸੇ, ਤੂੰ ਚੁੱਪ ਕਰਕੇ ਉਹਦੀਆਂ ਗੱਲਾਂ ਸੁਣ ਰਿਹਾ ਸੇ ਨਾ, ਮੈਂ ਵੇਖਿਆ ਅੱਲਾ ਦੇ ਆਸਮਾਨਾਂ ਤੋਂ ਮਲਾਇਕ, ਅੱਲਾ ਦੇ ਫਰਿਸ਼ਤੇ ਤੇਰੀਆਂ ਗੱਲਾਂ ਦੇ ਬਲਦੇ ਤੇ ਜਵਾਬ ਦੇ ਰਹੇ ਸਨ। ਲੇਕਿਨ ਅਬੂ ਬਕਰ ਜਦੋਂ ਤੂੰ
शुरू हो गया। रहमत फरिश्ते आसमाना नू चढ़ गए ने, उथों मुड़ गए ने। जिते फरिश्ते ना होण उथे नबी क्यों होवे। हदीस दा खुलासा, यानी जिथे फरिश्ते अल्लाह दे ना खड़े होन उथे नबी ते खड़ा नहीं हो सकदा। अल्लाहु अकबर, ला अल्लाह। इन्हां दी तालीम ओ तरबियत होई, अल्लाह दा कुरान बोलिया, वयुअल्लिमुहुमुल किताब वल हिकमा। फरमाया इन्हां नू प्यार नाल, इन्हां नू बड़ी मुहब्बत दे नाल इन्हां दी तालीम ओ तरबियत फरमाओ। अल्लाहु अकबर।